ਉਹਦੇ 'ਤੇ ਜੀ ਬਹਿਸ ਪਹਿਲਾਂ ਹੋਣੀ ਚਾਹੀਦੀ ਹੈ। ਲੋਅ ਕਮਿਸ਼ਨ ਨੂੰ ਛੇਤੀ ਨਹੀਂ ਫੈਸਲਾ ਦੇਣਾ ਚਾਹੀਦਾ, ਕਿਉਂ ਕਰਕੇ ਜਿਹੜੇ ਘੱਟ ਗਿਣਤੀਆਂ ਹੈਗੀਆਂ, ਜਿਹੜੇ ਆਦਿਵਾਸੀ ਹੈਗੇ ਹੈ, ਜਿਹੜੇ ਹਿੰਦੂ ਵੀ ਹੈਗੇ ਹੈ, ਜਿਹੜੇ ਕਿ ਜ਼ਿਆਦਾ ਵਿਆਹ ਕਰਾਉਂਦੇ ਹੈਗੇ ਹੈ, ਜਿਨ੍ਹਾਂ ਦੇ ਵਿੱਚ ਰਿਸ਼ਤੇ ਵੀ ਹੋ ਜਾਂਦੇ ਹੈ ਮਾਮੇ ਦੇ ਲੜਕੀ ਦੇ ਨਾਲ, ਸੋ ਇਹੋ ਜਿਹੀਆਂ ਬਹੁਤ ਭਾਰੀ ਗੁੰਜਰਾਂ ਹੈਗੀਆਂ ਜਿਹਦੇ ਵਿੱਚ ਆਪਾਂ ਨੂੰ ਸੋਚ ਕੇ ਕਰਨਾ ਚਾਹੀਦਾ। ਅਤੇ ਸਿੱਖਾਂ ਦੀ ਮੱਤ ਜ਼ਰੂਰ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਠੀਕ ਹੈ ਕਿ ਨਹੀਂ ਹੈ। ਇੱਕ ਪਾਸੇ ਹੋ ਕੇ ਬੀਜੇਪੀ ਨੇ ਇਲੈਕਸ਼ਨਾਂ 'ਚ ਜਾਣਾ, ਇਹ ਸਾਰਾ ਕੁਛ ਪੋਲਰਾਈਜ਼ ਵੋਟ ਹਿੰਦੂ ਨੂੰ ਕਰ ਦੇਣ, ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਠੀਕ ਇਲੈਕਸ਼ਨ ਨਹੀਂ ਹੋਊਗਾ ਅਤੇ ਅੱਗੇ ਜਾ ਕੇ ਗੜਬੜ ਹੋਊਗੀ, ਜਿਵੇਂ ਮਣੀਪੁਰ 'ਚ ਹੋ ਰਹੀ ਹੈ, ਜਿਵੇਂ ਸਾਰੇ ਪਾਸੇ ਲੋਕ ਤੜਫ ਰਹੇ ਹੈ ਕਿ ਸਰਕਾਰ ਇੱਕ ਤਰਫਾ ਹਿੰਦੁੱਤਵ ਵੱਲ ਚੱਲ ਰਹੀ ਹੈ। ਤੁਸੀਂ ਸੰਸਦ ਦਾ ਹਿੱਸਾ ਹੋ ਗਏ, ਇੱਥੇ ਜਾ ਕੇ ਤੁਹਾਡੀ ਗੱਲਬਾਤ ਹੋਈ ਹੈ ਕਿਸੇ ਨਾਲ ਇਸ ਮਾਮਲੇ ਦੇ ਉੱਪਰ ਜਾਂ ਕਿਸੇ ਮਿਨਿਸਟਰ ਨਾਲ? ਨਹੀਂ, ਮੇਰੀ ਤਾਂ ਨਹੀਂ ਹੋਈ, ਪਰ ਜਿਹੜੀ ਮੇਰੀ ਬੁੱਧੀ ਹੈ ਉਹਦੇ ਮੁਤਾਬਕ ਮੈਂ ਬੋਲ ਰਿਹਾ। ਅਤੇ ਬਾਕੀ ਹੁਣ ਪਾਰਲੀਮੈਂਟ ਦੇ ਵਿੱਚ ਜਾ ਕੇ ਕਰਾਂਗੇ। 11 ਤਰੀਕ ਨੂੰ ਅਸੀਂ ਸਾਰੇ ਵੱਡੇ ਵੱਡੇ ਵਿਦਵਾਨ ਸਿੱਖਾਂ ਦੀ ਮੀਟਿੰਗ ਸੱਦੀ ਹੈ 11 ਤਰੀਕ ਨੂੰ ਚੰਡੀਗੜ੍ਹ, ਉਹਦੇ ਵਿੱਚ ਪੂਰਾ ਫੈਸਲਾ ਲਵਾਂਗੇ ਜੀ। ਜਿਵੇਂ ਕਿ ਅਗਰ ਦਿੱਲੀ ਦੇ ਜਿਹੜੇ ਭਾਜਪਾ ਦੇ ਸਿਰਸਾ ਨੇ ਉਹਨਾਂ ਦੀ ਗੱਲ ਕੀਤੀ ਹੈ, ਉਹ ਕਹਿ ਰਹੇ ਕਿ ਜਿਹੜੇ ਸਿੱਖ ਨੇ ਉਹ ਇੱਕ ਖਰੜਾ ਲੈ ਕੇ ਆਉਣ, ਕੀ ਇਹ ਕਿਉਂ ਖਿਲਾਫ ਆ, ਫਿਰ ਆਵਾਜ਼ ਉਠਾਵਾਂਗੇ, ਜਾਣੀ ਕਿ ਭਾਜਪਾ ਦੇ ਤਰਫ ਤੋਂ ਇਹ ਕਿਹਾ ਜਾਂਦਾ ਕਿ ਇਹ ਕਿਸੇ ਦੇ ਖਿਲਾਫ ਨਹੀਂ ਹੈਗਾ ਕਾਨੂੰਨ, ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਈ ਬੀਜੇਪੀ ਨੇ ਤਾਂ ਕਹਿਣਾ ਹੀ ਹੈ ਕਿ ਉਹ ਕਰਕੇ ਉਹ ਕਰ ਰਹੀ ਹੈ, ਪਰ ਸਾਡੇ ਨਾਲ ਕਿਸੇ ਨਾਲ ਮੀਟਿੰਗ ਤਾਂ ਬੀਜੇਪੀ ਅਤੇ RSS ਨੇ ਕੀਤੀ ਨਹੀਂ ਹੈ, ਨਾ ਸਾਡੇ ਤਖਤਾਂ ਦੇ ਜਥੇਦਾਰਾਂ ਨਾਲ, ਨਾ ਸਾਡੇ ਵਿਦਵਾਨਾਂ ਦੇ ਨਾਲ, ਨਾ ਸਾਡੇ ਸਿਆਸਤਦਾਨਾਂ ਦੇ ਨਾਲ। ਸਾਨੂੰ ਬੁਲਾ ਕੇ ਪੁੱਛਣਾ ਚਾਹੀਦਾ ਹੈ, ਐਡਾ ਵੱਡਾ ਬਿੱਲ ਜਿਹੜਾ ਪਾਸ ਕਰ ਰਹੇ ਹੈ, ਪਰ ਇਸ ਤੋਂ ਬਗੈਰ ਵੀ ਕੰਮ ਸਰੀ ਜਾਂਦਾ ਹੈ। ਜੇ ਕਿਸੇ ਨੂੰ ਤਕਲੀਫ ਹੈ, ਜਿਹੜੇ ਫੰਡਾਮੈਂਟਲ ਰਾਈਟਸ ਹੈਗੇ ਆ ਸੰਵਿਧਾਨ ਦੇ, ਉਹ ਐਡੇ ਤਕੜੇ ਹੈ, ਜੇ ਕਿਸੇ ਨੂੰ ਵੀ ਕੋਈ ਤਕਲੀਫ ਹੈ ਉਹ ਅਦਾਲਤ ਦੇ ਵਿੱਚ ਜਾ ਕੇ ਉਸ ਨੂੰ ਠੀਕ ਕਰਾ ਸਕਦਾ ਹੈਗਾ। ਜਿਵੇਂ ਮੁਸਲਮਾਨਾਂ ਨੇ ਵੀ, ਜਿਨ੍ਹਾਂ ਨੂੰ ਇਹਦੇ ਤੋਂ ਠੀਕ ਨਹੀਂ ਲੱਗ, ਉਹਦੇ 'ਤੇ ਜੀ ਬਹਿਸ ਪਹਿਲਾਂ ਹੋਣੀ ਚਾਹੀਦੀ ਹੈ। ਲੋਅ ਕਮਿਸ਼ਨ ਨੂੰ ਛੇਤੀ ਨਹੀਂ ਫੈਸਲਾ ਦੇਣਾ ਚਾਹੀਦਾ, ਕਿਉਂ ਕਰਕੇ ਜਿਹੜੇ ਘੱਟ ਗਿਣਤੀਆਂ ਹੈਗੀਆਂ, ਜਿਹੜੇ ਆਦਿਵਾਸੀ ਹੈਗੇ ਹੈ, ਜਿਹੜੇ ਹਿੰਦੂ ਵੀ ਹੈਗੇ ਹੈ, ਜਿਹੜੇ ਕਿ ਜ਼ਿਆਦਾ ਵਿਆਹ ਕਰਾਉਂਦੇ ਹੈਗੇ ਹੈ, ਜਿਨ੍ਹਾਂ ਦੇ ਵਿੱਚ ਰਿਸ਼ਤੇ ਵੀ ਹੋ ਜਾਂਦੇ ਹੈ ਮਾਮੇ ਦੇ ਲੜਕੀ ਦੇ ਨਾਲ, ਸੋ ਇਹੋ ਜਿਹੀਆਂ ਬਹੁਤ ਭਾਰੀ ਗੁੰਜਰਾਂ ਹੈਗੀਆਂ ਜਿਹਦੇ ਵਿੱਚ ਆਪਾਂ ਨੂੰ ਸੋਚ ਕੇ ਕਰਨਾ ਚਾਹੀਦਾ। ਅਤੇ ਸਿੱਖਾਂ ਦੀ ਮੱਤ ਜ਼ਰੂਰ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਠੀਕ ਹੈ ਕਿ ਨਹੀਂ ਹੈ। ਇੱਕ ਪਾਸੇ ਹੋ ਕੇ ਬੀਜੇਪੀ ਨੇ ਇਲੈਕਸ਼ਨਾਂ 'ਚ ਜਾਣਾ, ਇਹ ਸਾਰਾ ਕੁਛ ਪੋਲਰਾਈਜ਼ ਵੋਟ ਹਿੰਦੂ ਨੂੰ ਕਰ ਦੇਣ, ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਠੀਕ ਇਲੈਕਸ਼ਨ ਨਹੀਂ ਹੋਊਗਾ ਅਤੇ ਅੱਗੇ ਜਾ ਕੇ ਗੜਬੜ ਹੋਊਗੀ, ਜਿਵੇਂ ਮਣੀਪੁਰ 'ਚ ਹੋ ਰਹੀ ਹੈ, ਜਿਵੇਂ ਸਾਰੇ ਪਾਸੇ ਲੋਕ ਤੜਫ ਰਹੇ ਹੈ ਕਿ ਸਰਕਾਰ ਇੱਕ ਤਰਫਾ ਹਿੰਦੁੱਤਵ ਵੱਲ ਚੱਲ ਰਹੀ ਹੈ। ਤੁਸੀਂ ਸੰਸਦ ਦਾ ਹਿੱਸਾ ਹੋ ਗਏ, ਇੱਥੇ ਜਾ ਕੇ ਤੁਹਾਡੀ ਗੱਲਬਾਤ ਹੋਈ ਹੈ ਕਿਸੇ ਨਾਲ ਇਸ ਮਾਮਲੇ ਦੇ ਉੱਪਰ ਜਾਂ ਕਿਸੇ ਮਿਨਿਸਟਰ ਨਾਲ? ਨਹੀਂ, ਮੇਰੀ ਤਾਂ ਨਹੀਂ ਹੋਈ, ਪਰ ਜਿਹੜੀ ਮੇਰੀ ਬੁੱਧੀ ਹੈ ਉਹਦੇ ਮੁਤਾਬਕ ਮੈਂ ਬੋਲ ਰਿਹਾ। ਅਤੇ ਬਾਕੀ ਹੁਣ ਪਾਰਲੀਮੈਂਟ ਦੇ ਵਿੱਚ ਜਾ ਕੇ ਕਰਾਂਗੇ। 11 ਤਰੀਕ ਨੂੰ ਅਸੀਂ ਸਾਰੇ ਵੱਡੇ ਵੱਡੇ ਵਿਦਵਾਨ ਸਿੱਖਾਂ ਦੀ ਮੀਟਿੰਗ ਸੱਦੀ ਹੈ 11 ਤਰੀਕ ਨੂੰ ਚੰਡੀਗੜ੍ਹ, ਉਹਦੇ ਵਿੱਚ ਪੂਰਾ ਫੈਸਲਾ ਲਵਾਂਗੇ ਜੀ। ਜਿਵੇਂ ਕਿ ਅਗਰ ਦਿੱਲੀ ਦੇ ਜਿਹੜੇ ਭਾਜਪਾ ਦੇ ਸਿਰਸਾ ਨੇ ਉਹਨਾਂ ਦੀ ਗੱਲ ਕੀਤੀ ਹੈ, ਉਹ ਕਹਿ ਰਹੇ ਕਿ ਜਿਹੜੇ ਸਿੱਖ ਨੇ ਉਹ ਇੱਕ ਖਰੜਾ ਲੈ ਕੇ ਆਉਣ, ਕੀ ਇਹ ਕਿਉਂ ਖਿਲਾਫ ਆ, ਫਿਰ ਆਵਾਜ਼ ਉਠਾਵਾਂਗੇ, ਜਾਣੀ ਕਿ ਭਾਜਪਾ ਦੇ ਤਰਫ ਤੋਂ ਇਹ ਕਿਹਾ ਜਾਂਦਾ ਕਿ ਇਹ ਕਿਸੇ ਦੇ ਖਿਲਾਫ ਨਹੀਂ ਹੈਗਾ ਕਾਨੂੰਨ, ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਈ ਬੀਜੇਪੀ ਨੇ ਤਾਂ ਕਹਿਣਾ ਹੀ ਹੈ ਕਿ ਉਹ ਕਰਕੇ ਉਹ ਕਰ ਰਹੀ ਹੈ, ਪਰ ਸਾਡੇ ਨਾਲ ਕਿਸੇ ਨਾਲ ਮੀਟਿੰਗ ਤਾਂ ਬੀਜੇਪੀ ਅਤੇ RSS ਨੇ ਕੀਤੀ ਨਹੀਂ ਹੈ, ਨਾ ਸਾਡੇ ਤਖਤਾਂ ਦੇ ਜਥੇਦਾਰਾਂ ਨਾਲ, ਨਾ ਸਾਡੇ ਵਿਦਵਾਨਾਂ ਦੇ ਨਾਲ, ਨਾ ਸਾਡੇ ਸਿਆਸਤਦਾਨਾਂ ਦੇ ਨਾਲ। ਸਾਨੂੰ ਬੁਲਾ ਕੇ ਪੁੱਛਣਾ ਚਾਹੀਦਾ ਹੈ, ਐਡਾ ਵੱਡਾ ਬਿੱਲ ਜਿਹੜਾ ਪਾਸ ਕਰ ਰਹੇ ਹੈ, ਪਰ ਇਸ ਤੋਂ ਬਗੈਰ ਵੀ ਕੰਮ ਸਰੀ ਜਾਂਦਾ ਹੈ। ਜੇ ਕਿਸੇ ਨੂੰ ਤਕਲੀਫ ਹੈ,
ਜਿਹੜੇ ਫੰਡਾਮੈਂਟਲ ਰਾਈਟਸ ਹੈਗੇ ਆ ਸੰਵਿਧਾਨ ਦੇ ਉਹ ਐਡੇ ਤਕੜੇ ਹੈ, ਜੇ ਕਿਸੇ ਨੂੰ ਵੀ ਕੋਈ ਤਕਲੀਫ ਹੈ ਉਹ ਅਦਾਲਤ ਦੇ ਵਿੱਚ ਜਾ ਕੇ ਉਸ ਨੂੰ ਠੀਕ ਕਰਾ ਸਕਦਾ ਹੈਗਾ। ਜਿਵੇਂ ਮੁਸਲਮਾਨਾਂ ਨੇ ਵੀ ਜਿਨ੍ਹਾਂ ਨੂੰ ਇਹਦੇ ਤੋਂ ਠੀਕ ਨਹੀਂ ਲੱਗ, ਉਹਦੇ 'ਤੇ ਜੀ ਬਹਿਸ ਪਹਿਲਾਂ ਹੋਣੀ ਚਾਹੀਦੀ ਹੈ। ਲੋ ਕਮਿਸ਼ਨ ਨੂੰ ਛੇਤੀ ਨਹੀਂ ਫੈਸਲਾ ਦੇਣਾ ਚਾਹੀਦਾ, ਕਿਉਂ ਕਰਕੇ ਜਿਹੜੇ ਘੱਟ ਗਿਣਤੀਆਂ ਹੈਗੀਆਂ, ਜਿਹੜੇ ਆਦਿਵਾਸੀ ਹੈਗੇ ਹੈ, ਜਿਹੜੇ ਹਿੰਦੂ ਵੀ ਹੈਗੇ ਹੈ, ਜਿਹੜੇ ਕਿ ਜ਼ਿਆਦਾ ਵਿਆਹ ਕਰਾਉਂਦੇ ਹੈਗੇ ਹੈ, ਜਿਨ੍ਹਾਂ ਦੇ ਵਿੱਚ ਰਿਸ਼ਤੇ ਵੀ ਹੋ ਜਾਂਦੇ ਹੈ ਮਾਮੇ ਦੇ ਲੜਕੀ ਦੇ ਨਾਲ, ਸੋ ਇਹੋ ਜਿਹੀਆਂ ਬਹੁਤ ਭਾਰੀ ਗੁੰਜਰਾਂ ਹੈਗੀਆਂ ਜਿਹਦੇ ਵਿੱਚ ਆਪਾਂ ਨੂੰ ਸੋਚ ਕੇ ਕਰਨਾ ਚਾਹੀਦਾ। ਅਤੇ ਸਿੱਖਾਂ ਦੀ ਮੱਤ ਜ਼ਰੂਰ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਠੀਕ ਹੈ ਕਿ ਨਹੀਂ ਹੈ। ਇੱਕ ਪਾਸੇ ਹੋ ਕੇ ਬੀਜੇਪੀ ਨੇ ਇਲੈਕਸ਼ਨਾਂ 'ਚ ਜਾਣਾ, ਇਹ ਸਾਰਾ ਕੁਛ ਪੋਲਰਾਈਜ਼ ਵੋਟ ਹਿੰਦੂ ਨੂੰ ਕਰ ਦੇਣ, ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਠੀਕ ਇਲੈਕਸ਼ਨ ਨਹੀਂ ਹੋਊਗਾ ਅਤੇ ਅੱਗੇ ਜਾ ਕੇ ਗੜਬੜ ਹੋਊਗੀ, ਜਿਵੇਂ ਮਣੀਪੁਰ 'ਚ ਹੋ ਰਹੀ ਹੈ, ਜਿਵੇਂ ਸਾਰੇ ਪਾਸੇ ਲੋਕ ਤੜਫ ਰਹੇ ਹੈ ਕਿ ਸਰਕਾਰ ਇੱਕ ਤਰਫਾ ਹਿੰਦੁੱਤਵ ਵੱਲ ਚੱਲ ਰਹੀ ਹੈ। ਤੁਸੀਂ ਸੰਸਦ ਦਾ ਹਿੱਸਾ ਹੋ ਗਏ, ਇੱਥੇ ਜਾ ਕੇ ਤੁਹਾਡੀ ਗੱਲਬਾਤ ਹੋਈ ਹੈ ਕਿਸੇ ਨਾਲ ਇਸ ਮਾਮਲੇ ਦੇ ਉੱਪਰ ਜਾਂ ਕਿਸੇ ਮਿਨਿਸਟਰ ਨਾਲ? ਨਹੀਂ, ਮੇਰੀ ਤਾਂ ਨਹੀਂ ਹੋਈ, ਪਰ ਜਿਹੜੀ ਮੇਰੀ ਬੁੱਧੀ ਹੈ ਉਹਦੇ ਮੁਤਾਬਕ ਮੈਂ ਬੋਲ ਰਿਹਾ। ਅਤੇ ਬਾਕੀ ਹੁਣ ਪਾਰਲੀਮੈਂਟ ਦੇ ਵਿੱਚ ਜਾ ਕੇ ਕਰਾਂਗੇ। 11 ਤਰੀਕ ਨੂੰ ਅਸੀਂ ਸਾਰੇ ਵੱਡੇ ਵੱਡੇ ਵਿਦਵਾਨ ਸਿੱਖਾਂ ਦੀ ਮੀਟਿੰਗ ਸੱਦੀ ਹੈ 11 ਤਰੀਕ ਨੂੰ ਚੰਡੀਗੜ੍ਹ, ਉਹਦੇ ਵਿੱਚ ਪੂਰਾ ਫੈਸਲਾ ਲਵਾਂਗੇ ਜੀ। ਜਿਵੇਂ ਕਿ ਅਗਰ ਦਿੱਲੀ ਦੇ ਜਿਹੜੇ ਭਾਜਪਾ ਦੇ ਸਿਰਸਾ ਨੇ ਉਹਨਾਂ ਦੀ ਗੱਲ ਕੀਤੀ ਹੈ, ਉਹ ਕਹਿ ਰਹੇ ਨੇ ਕਿ ਜਿਹੜੇ ਸਿੱਖ ਨੇ ਉਹ ਇੱਕ ਖਰੜਾ ਲੈ ਕੇ ਆਉਣ, ਕੀ ਇਹ ਕਿਉਂ ਖਿਲਾਫ਼ ਆ? ਫਿਰ ਆਵਾਜ਼ ਉਠਾਵਾਂਗੇ, ਜਾਣੀ ਕਿ ਭਾਜਪਾ ਦੀ ਤਰਫ ਤੋਂ ਇਹ ਕਿਹਾ ਜਾਂਦਾ ਕਿ ਇਹ ਕਿਸੇ ਦੇ ਖਿਲਾਫ਼ ਨਹੀਂ ਹੈਗਾ ਕਾਨੂੰਨ, ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਈ ਬੀਜੇਪੀ ਨੇ ਤਾਂ ਕਹਿਣਾ ਹੀ ਹੈ ਕਿ ਉਹ ਕਰਕੇ ਉਹ ਕਰ ਰਹੀ ਹੈ, ਪਰ ਸਾਡੇ ਨਾਲ ਕਿਸੇ ਨਾਲ ਮੀਟਿੰਗ ਤਾਂ ਬੀਜੇਪੀ ਅਤੇ RSS ਨੇ ਕੀਤੀ ਨਹੀਂ ਹੈ, ਨਾ ਸਾਡੇ ਤਖਤਾਂ ਦੇ ਜਥੇਦਾਰਾਂ ਨਾਲ, ਨਾ ਸਾਡੇ ਵਿਦਵਾਨਾਂ ਦੇ ਨਾਲ, ਨਾ ਸਾਡੇ ਸਿਆਸਤਦਾਨਾਂ ਦੇ ਨਾਲ। ਸਾਨੂੰ ਬੁਲਾ ਕੇ ਪੁੱਛਣਾ ਚਾਹੀਦਾ ਹੈ, ਐਡਾ ਵੱਡਾ ਬਿੱਲ ਜਿਹੜਾ ਪਾਸ ਕਰ ਰਹੇ ਹੈ, ਪਰ ਇਸ ਤੋਂ ਬਗੈਰ ਵੀ ਕੰਮ ਸਰੀ ਜਾਂਦਾ। ਜੇ ਕਿਸੇ ਨੂੰ ਤਕਲੀਫ ਹੈ, ਜਿਹੜੇ ਫੰਡਾਮੈਂਟਲ ਰਾਈਟਸ ਹੈਗੇ ਆ ਸੰਵਿਧਾਨ ਦੇ ਉਹ ਐਡੇ ਤਕੜੇ ਹੈ, ਜੇ ਕਿਸੇ ਨੂੰ ਵੀ ਕੋਈ ਤਕਲੀਫ ਹੈ ਉਹ ਅਦਾਲਤ ਦੇ ਵਿੱਚ ਜਾ ਕੇ ਉਸ ਨੂੰ ਠੀਕ ਕਰਾ ਸਕਦਾ ਹੈਗਾ। ਜਿਵੇਂ ਮੁਸਲਮਾਨਾਂ ਨੇ ਵੀ ਜਿਨ੍ਹਾਂ ਨੂੰ ਇਹਦੇ ਤੋਂ ਠੀਕ ਨਹੀਂ ਲੱਗ, ਉਹਦੇ 'ਤੇ ਜੀ ਬਹਿਸ ਪਹਿਲਾਂ ਹੋਣੀ ਚਾਹੀਦੀ ਹੈ। ਲੋ ਕਮਿਸ਼ਨ ਨੂੰ ਛੇਤੀ ਨਹੀਂ ਫੈਸਲਾ ਦੇਣਾ ਚਾਹੀਦਾ, ਕਿਉਂ ਕਰਕੇ ਜਿਹੜੇ ਘੱਟ ਗਿਣਤੀਆਂ ਹੈਗੀਆਂ, ਜਿਹੜੇ ਆਦਿਵਾਸੀ ਹੈਗੇ ਹੈ, ਜਿਹੜੇ ਹਿੰਦੂ ਵੀ ਹੈਗੇ ਹੈ, ਜਿਹੜੇ ਕਿ ਜ਼ਿਆਦਾ ਵਿਆਹ ਕਰਾਉਂਦੇ ਹੈਗੇ ਹੈ, ਜਿਨ੍ਹਾਂ ਦੇ ਵਿੱਚ ਰਿਸ਼ਤੇ ਵੀ ਹੋ ਜਾਂਦੇ ਹੈ ਮਾਮੇ ਦੇ ਲੜਕੀ ਦੇ ਨਾਲ, ਸੋ ਇਹੋ ਜਿਹੀਆਂ ਬਹੁਤ ਭਾਰੀ ਗੁੰਜਰਾਂ ਹੈਗੀਆਂ ਜਿਹਦੇ ਵਿੱਚ ਆਪਾਂ ਨੂੰ ਸੋਚ ਕੇ ਕਰਨਾ ਚਾਹੀਦਾ। ਅਤੇ ਸਿੱਖਾਂ ਦੀ ਮੱਤ ਜ਼ਰੂਰ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਠੀਕ ਹੈ ਕਿ ਨਹੀਂ ਹੈ।